ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅਸੀਂ ਅਰਦਾਸ ਦੇ ਵਿੱਚ ਵੀ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਹੋਵੇ, ਪਰ ਕੁਝ ਵੀਡੀਓਜ਼ ਅਜਿਹੀਆਂ ਸਾਹਮਣੇ ਆ ਜਾਂਦੀਆਂ ਨੇ ਜੋ ਸਾਨੂੰ ਸ਼ਰਮਸਾਰ ਕਰ ਦਿੰਦੀਆਂ ਨੇ। ਸੰਗਰੂਰ ਵਿਖੇ ਇੱਕ ਸਥਾਨ ਹੈ ਬਾਬਾ ਕਾਹਨ ਸਿੰਘ ਜੀ ਦਾ। ਅਸੀਂ ਕਿਸੇ ਦੇ ਸਥਾਨ ਬਾਰੇ ਕੋਈ ਨਿੰਦਾ ਨਹੀਂ ਕਰਨਾ ਚਾਹੁੰਦੇ, ਪਰ ਹਾਂ, ਸਿੱਖ ਕੌਮ ਨੂੰ ਵੇਖਦੇ ਹੋਇਆਂ, ਸਿੱਖ ਧਰਮ ਨੂੰ ਦੇਖਦੇ ਹੋਇਆਂ, ਸਾਡੇ ਆਪਣੇ ਧਰਮ ਦੇ ਅਸੂਲਾਂ ਨੂੰ ਵੇਖਦੇ ਹੋਇਆਂ ਉਹਨਾਂ ਨੂੰ ਜਾਗਰੂਕ ਜ਼ਰੂਰ ਕਰਨਾ ਚਾਹਾਂਗੇ, ਕਿਉਂਕਿ ਸਾਡੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਸ ਬ੍ਰਾਹਮਣਵਾਦ ਤੋਂ, ਇਸ ਪਖੰਡਵਾਦ ਤੋਂ ਉੱਤੇ ਉੱਠ ਕੇ ਸਾਨੂੰ ਇੱਕ ਸਾਫ਼ ਸੁਥਰੀ, ਸੱਚੀ ਅਤੇ ਸੁੱਚੀ ਜ਼ਿੰਦਗੀ ਬਤੀਤ ਕਰਨਾ ਸਿਖਾਉਂਦੇ ਨੇ। ਪਰ ਕੁਝ ਅਜਿਹੇ ਮਨਮਤੀਏ ਨੇ ਜਿਹਨਾਂ ਦੀ ਮਤ ਉੱਚੀ ਨਹੀਂ, ਬਹੁਤ ਨੀਵੀਂ ਹੋ ਗਈ ਅੱਜ ਦੀ ਤਰੀਕ ਵਿੱਚ, ਅਤੇ ਉਹ ਅਜਿਹੀਆਂ ਮਜ਼ਾਰਾਂ 'ਤੇ ਜਾ ਕੇ, ਅਜਿਹੀਆਂ ਥਾਵਾਂ ਉੱਤੇ ਜਾ ਕੇ ਅਰਦਾਸ ਵਾਂਗ ਹੀ ਉਸ ਬਾਬੇ ਦਾ ਨਾਮ ਜਪਦੇ ਨੇ ਅਤੇ ਚੜਾਵੇ ਦੇ ਵਿੱਚ ਸਰੇਆਮ ਸ਼ਰਾਬ ਚੜਾਉਂਦੇ ਨੇ। ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਲਾਇਓ, ਬਾਬਾ ਕਾਹਨ ਦੇ ਰੋਪੜ ਤੋਂ ਬੱਚਾ ਤੇ ਆਇਆ। ਸੱਚੇ ਪਾਤਸ਼ਾਹ ਧਿਆਨ ਸਿੰਘ ਕਿਹਾ, ਨਿਗਾਹ ਰੱਖਣੀ ਬਾਬਾ ਜੀ, ਤੁਸੀਂ ਹੱਥ ਰੱਖਣਾ ਪਰਿਵਾਰ ਤੇ ਬੱਚਿਆਂ ਦੇ, ਮੇਹਰਾਂ ਕਰਨੀਆਂ ਬਾਬਾ ਜੀ, ਤੰਦ ਰੋਟੀਆਂ ਬਖਸ਼ਣੀਆਂ, ਚੜ੍ਹਦੀਆਂ ਕਲਾ ਰੱਖਣੀਆਂ, ਤੁਹਾਨੂੰ ਬਾਬਾ ਜੀ, ਤੁਹਾਨੂੰ ਬਾਬਾ ਕਾਹਨ ਭਲਾ, ਤੁਸੀਂ ਭਲਾ ਥੋੜੇ ਮੁੱਲ ਪਛਾ ਲਓ, ਗੁਰੂ ਪਿਆਰਿਓ, ਇਹ ਤਸਵੀਰਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੀ ਸਿੱਖਿਆ ਦੇਣਗੀਆਂ? ਕਿਉਂਕਿ ਅਸੀਂ ਅਗਰ ਅਜਿਹੀਆਂ ਚੀਜ਼ਾਂ ਸਾਹਮਣੇ ਰੱਖਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੀ ਸ਼ਰਧਾ ਭਾਵਨਾ ਉਸ ਸਥਾਨ ਦੇ ਨਾਲ ਜੋੜਨੀ ਸ਼ੁਰੂ ਕਰ ਲੈਂਦੀ ਹੈ। ਕੀ ਸ਼ਰਾਬ ਚੜ੍ਹਾਉਣ ਦੇ ਨਾਲ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਨੇ? ਕੀ ਨਸ਼ੀਲੇ ਪਦਾਰਥ ਕਿਸੇ ਨੂੰ ਅਰਪਣ ਕਰਨ ਦੇ ਨਾਲ ਸਾਡੇ ਵਿਗੜੇ ਹੋਏ ਕੰਮ ਬਣ ਜਾਂਦੇ ਨੇ? ਨਹੀਂ ਗੁਰੂ ਪਿਆਰਿਓ, ਵਿਗੜੇ ਹੋਏ ਕੰਮ ਮਾੜੀ ਚੀਜ਼ ਨਾਲ ਕਦੀ ਸਿਰੇ ਨਹੀਂ ਚੜ੍ਹ ਸਕਦੇ। ਸਿਰਫ ਤੇ ਸਿਰਫ ਗੁਰਬਾਣੀ ਉਹ ਸਰੋਵਰ ਹੈ ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਤੁਹਾਡਾ ਤਨ ਮਨ ਹੌਲਾ ਹੋ ਜਾਏਗਾ ਅਤੇ ਨੌ ਨਿਧਾਂ ਸੋਲ੍ਹਾਂ ਸਿੱਧਾਂ ਹੋ ਜਾਣਗੀਆਂ। ਪਰ ਪਤਾ ਨਹੀਂ ਕਿਉਂ ਸਾਡੇ ਗੁਰੂ ਦੇ ਪਿਆਰੇ, ਸਾਡੇ ਸਿੱਖ ਅੱਜ ਮਨ ਮਤ ਵੱਲ ਮੁੜੀ ਜਾਂਦੇ ਨੇ ਅਤੇ ਇਹਨਾਂ ਦਰਗਾਹਾਂ, ਇਹਨਾਂ ਪੀਰਾਂ 'ਤੇ ਜਾ ਕੇ ਮੱਥੇ ਟੇਕੀ ਜਾਂਦੇ ਨੇ, ਪੰਜ ਕਕਾਰਾਂ ਦੇ ਧਾਰਨੀ ਹੁੰਦੇ ਹੋਏ ਗਾਤਰੇ ਪਾ ਕੇ ਵੀ ਇਹਨਾਂ ਮਜ਼ਾਰਾਂ ਉੱਤੇ ਜਾਈ ਜਾਂਦੇ ਨੇ, ਅਤੇ ਇੱਕ ਵਾਰ ਨਹੀਂ ਸੋਚਦੇ ਕਿ ਅਸੀਂ ਕਕਾਰ ਧਾਰਨ ਕਰਨ ਲੱਗਿਆਂ ਕੀ ਪ੍ਰਣ ਦਿੱਤਾ ਸੀ, ਕਿਹੜੀ ਮਰਿਆਦਾ ਨਿਭਾਉਣੀ ਸੀ ਅਤੇ ਅਸੀਂ ਅੱਜ ਕੀ ਕਰ ਰਹੇ ਹਾਂ। ਇੱਕ ਵਾਰ ਗੁਰੂ ਪਿਆਰਿਓ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ। ਬਾਕੀ ਜੇ ਮੇਰੀ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ, ਹੱਥ ਬੰਨ ਕੇ ਮਾਫੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।